ਕਰੈਕਟਰ ਜਿਹੜਾ 1 ਸਾਲ ਤੋਂ ਲਗਾਤਾਰ ਖੜਿਆ ਜਿਸਦੇ ਹੱਥ ਮਾਰੀ ਹੈ ਤੇ ਮਿੱਟੀ ਹੈ ਜਿਹੜੀ ਉਹ ਦੱਸ ਦੂਗੀ ਟਾਇਰਾਂ 'ਚ ਉਹ ਹਵਾ ਹੈ ਉਹ ਦੱਸ ਦੂਗੀ ਇਸਦੇ ਆਸ-ਪਾਸ ਪਿਆ ਹੋਇਆ ਕਚਰਾ ਉਹ ਦੱਸ ਦੂਗੀ ਲਗਾਤਾਰ ਜਿਹੜੇ ਕਿਸਾਨ ਪਿੰਡਾਂ 'ਚ ਉੱਟ ਕੇ ਆਏ ਸੀ 1 ਸਾਲ ਇਹਨਾਂ ਮੈਨੂੰ ਲੱਗਦਾ ਹੈ ਇਹ ਜਹਾਜ਼ਾਂ ਦੇ ਉੱਤੇ ਕਦੇ ਮਿੱਟੀ ਨਹੀਂ ਪੈਣ ਦਿੱਤੀ ਹੋਊਗੀ ਪਰ ਜਿਹੜਾ ਗਵਰਨਮੈਂਟ ਦੇ ਇਹਨਾਂ ਤਿੰਨ ਕਾਲੇ ਕਾਨੂੰਨਾਂ ਨੇ ਇਹਨਾਂ ਜਹਾਜ਼ਾਂ ਨੂੰ ਇੰਨਾ ਮਜਬੂਰ ਕਰ ਦਿੱਤਾ ਇੱਕ ਲਗਾਤਾਰ ਕਿ ਹੁਣ ਇਹਨਾਂ 'ਚੋਂ ਹਵਾ ਵੀ ਨਹੀਂ ਜਦੋਂ ਕਦੇ ਆਪਾਂ ਕਣਕ ਵੀ ਬੀਜਦੇ ਹਾਂ ਜੇ ਅਸੀਂ ਕਿਤੇ ਮਤਲਬ ਚੱਕੀ ਤੇ ਪੀਣਾ ਕਣਕ ਵੀ ਦਾਣਾ ਵੀ ਲਾ ਕੇ ਆਉਂਦੇ ਤੇ ਫੇਰ ਵੀ ਇਹਨੂੰ ਅਸੀਂ ਮਤਲਬ ਪਾਣੀ ਮਾਰ ਕੇ ਅੰਦਰ ਲਾਉਂਦੇ ਸੀ ਵੀ ਹੁਣ ਸਾਲ ਤੋਂ ਉੱਪਰ ਹੋ ਗਿਆ ਅਸੀਂ ਇਹਦੇ ਕਪੜਾ ਵੀ ਮਾਰ ਕੇ ਨਹੀਂ ਦੇਖਿਆ ਅੱਜ ਇਹ ਤਾਂ ਤਰਪਾਲਾ ਕੇ ਹਟੇ ਜੀ ਸੱਚੀ ਗੱਲ ਮੈਂ ਜਸਪ੍ਰੀਤ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਦੱਸ ਦੀ ਕਿ ਲਗਾਤਾਰ 1 ਸਾਲ ਹੋ ਗਿਆ ਸੀ ਕਿਸਾਨੀ ਸੰਘਰਸ਼ ਨੂੰ ਚੱਲਦੇ ਹੋਇਆ ਕੀ ਹਾਲਤ ਹੈ ਕੀ ਸਬੂਤ ਨੇ ਸਾਨੂੰ ਦੱਸਦੀ ਆ ਟਰੈਕਟਰ ਆ ਜਿਹੜਾ 1 ਸਾਲ ਤੋਂ ਲਗਾਤਾਰ ਖੜਾ ਹੈ ਜਿਸ ਤੇ ਹੱਥ ਮਾਰੀ ਤੇ ਮਿੱਟੀ ਆ ਜਿਹੜੀ ਉਹ ਦੱਸ ਦੂਗੀ ਟਾਇਰਾਂ ਚੋ ਹਵਾ ਉਹ ਦੱਸ ਦੂਗੀ ਇਸ ਦੇ ਆਸ-ਪਾਸ ਪਿਆ ਹੋਇਆ ਕਚਰਾ ਉਹ ਦੱਸ ਦੂਗੀ ਲਗਾਤਾਰ ਜਿਹੜੇ ਕਿਸਾਨ ਪਿੰਡਾਂ ਚੋਂ ੁੱਟ ਕੇ ਆਏ ਸੀ 1 ਸਾਲ ਇਹਨਾਂ ਮੈਨੂੰ ਲੱਗਦਾ ਇਹ ਜਹਾਜ਼ਾਂ ਦੇ ਉੱਤੇ ਕਦੇ ਮਿੱਟੀ ਨਹੀਂ ਪੈਣ ਦਿੱਤੀ ਹੋਊਗੀ ਪਰ ਜਿਹੜਾ ਗਵਰਨਮੈਂਟ ਦੇ ਇਹਨਾਂ ਤਿੰਨ ਕਾਲੇ ਕਾਨੂੰਨਾਂ ਨੇ ਇਹਨਾਂ ਜਹਾਜ਼ਾਂ ਨੂੰ ਇਨਾ ਮਜਬੂਰ ਕਰ ਦਿੱਤਾ ਇੱਕ ਲਗਾਤਾਰ ਕਿ ਹੁਣ ਇਹਨਾਂ 'ਚੋ ਹਵਾ ਵੀ ਨਹੀਂ ਪਰ ਅੱਜ ਜਿਹੜਾ ਖੁਸ਼ੀ ਦਾ ਮੌਕਾ ਹੈ ਕਿਸਾਨ ਵੀਰ ਜਿਹੜਾ ਆਪਣੇ ਪਿੰਡਾਂ ਨੂੰ ਵਾਪਸੀ ਕਰ ਰਹੇ ਨੇ ਉਸ ਨੂੰ ਜਿਹੜਾ ਅੱਜ ਨੂੰ ਤਰਪਾਲ ਤਾਰੀ ਗਈ ਹੈ ਸਾਫ ਸਫਾਈ ਕੀਤੀ ਜਾਊਗੀ ਹਵਾ ਭਰੀ ਜਾਊਗੀ ਟਰੈਕਟਰ ਇਸ ਟਰੈਕਟਰ ਦੇ ਜਿਹੜੇ ਮਾਲਕ ਨੇ ਉਰੇ ਬਾਈ ਫਿਰਦੇ ਨੇ ਉਹ ਨਾਲ ਗੱਲਬਾਤ ਕਰਾਂਗੇ ਆਪਾਂ ਜਿਹੜੇ ਉਰੇ ਨਾਲ ਹੀ ਮੌਜੂਦ ਖੜਨੇ ਆਪਣੇ ਬਾਈ ਓਰ ਬਾਈ ਸਤਿਗੁਰਾਲ ਜੀ ਸਤਿਗੁਰਾਲ ਜੀ ਬਾਈ ਸਤਿਗੁਰਾਲ ਕੀ ਨਾਮ ਬਾਈ ਬਾਈ ਸੁਖਵੀਰ ਸਿੰਘ ਪਹਾੜਪੁਰ ਜੀ ਪਟਿਆਲਾ ਜ਼ਿਲ੍ਹਾ ਜੀ ਹਾਂਜੀ ਬਾਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਰਖੜਨੇ ਬੱਜੀ ਜੀ ਸਾਨੂੰ ਸਾਲ ਤੋਂ ਉੱਪਰ ਹੀ ਹੋ ਗਿਆ ਤਕਰੀਬਨ ਲੱਗਦਾ ਜਿੱਦ ਤਨ ਅੰਦੋਲਨ ਸ਼ੁਰੂ ਹੋਇਆ ਉਸਨ ਕਈ ਆ ਉਦੋਂ ਵੀ ਇੱਥੇ ਖੜਿਆ ਜੀ 24 ਨਵੰਬਰ ਦਾ ਲਾ ਲੂ 26 ਨਵੰਬਰ ਦਾ ਸੋਰੀ ਪਹਿਲਾਂ ਕਦੇ ਜੇ ਗੱਲ ਕੀਤੀ ਹੈ ਵੀ ਮਿੱਟੀ-ਮੁੱਟੀ ਆਪਾਂ ਅਕਸਰ ਜਦੋਂ ਖੇਤੀਬਾੜੀ ਦੇ ਕੰਮ ਕਰਦੇ ਹਾਂ ਕਦੇ ਬਾਹੂਕਿਆਂ ਨੂੰ ਉਸ ਤੋਂ ਬਾਅਦ ਆਪਾਂ ਨੂੰ ਤੋਂ ਇਸ ਵਾਰ ਦੇ ਹੁਣ ਇਹ ਲਗਾਤਾਰ ਇੱਥੇ ਹੀ ਖੜਾ ਰਿਹਾ ਕੋਈ ਕੱਪੜਾ ਦਾ ਕੋਈ ਨਹੀਂ ਫਿਰਿਆ ਬੀਰ ਜੀ ਜਦੋਂ ਕਦੇ ਆਪਾਂ ਕਣਕ ਬੀਬੀ ਜੀ ਦੇ ਜੇ ਅਸੀਂ ਕਿਤੇ ਮਤਲਬ ਚੱਕੀ ਤੇ ਪੀਣਾ ਕਣਕ ਵੀ ਦਾਣਾ ਵੀ ਲਾ ਕੇ ਆਉਂਦੇ ਤੇ ਫੇਰ ਵੀ ਇਹਨੂੰ ਅਸੀਂ ਮਤਲਬ ਪਾਣੀ ਮ ਅਸੀਂ ਇਹ ਤਾਂ ਕਪੜਾ ਵੀ ਮਾਰ ਕੇ ਨਹੀਂ ਦੇਖਿਆ ਅੱਜ ਇਹ ਤਾਂ ਤਰਪਾਲਾ ਘੇਟੇ ਨੇ ਜੀ ਫਿਰ ਅੱਜ ਜਾਣ ਦੀ ਖੁਸ਼ੀ ਚ ਮਾਰੇ ਆ ਜਾਂ ਫਿਰ ਜਾਂ ਵੀ ਐ ਲਾਲੂ ਕੇ ਜਿਹੜਾ ਇੱਕ ਸਮਝੌਤਾ ਹੋਇਆ ਉਹਦੇ ਕਾਰਨ ਜਾ ਰਹੇ ਜਾਣ ਦੀ ਜਿਆਦਾ ਖੁਸ਼ੀ ਹੈ ਸਮਝੌਤੇ ਦੀ ਖੁਸ਼ੀ ਹੈ ਨਹੀਂ ਸਮਝੌਤੇ ਦੀ ਵੀ ਖੁਸ਼ੀ ਹੈ ਜਾਣ ਦੀ ਉੱਤੋਂ ਜਿਆਦਾ ਖੁਸ਼ੀ ਹੈ ਜੀ ਜਿਹੜੇ ਤਿੰਨੇ ਹੀ ਕਾਨੂੰਨ ਰੱਦ ਹੋਏ ਹੈਗੇ ਉਹਨਾਂ ਦੇ ਵੀ ਖੁਸ਼ੀ ਹੈ ਜੀ ਪਰ ਇੱਕ ਦੋ ਚਾਰ ਗੱਲਾਂ ਹੋਰ ਨੇ ਜਿਵੇਂ ਹੁਣ ਸਰਕਾਰ ਨੇ ਜਿਹੜਾ ਸੈਂਟਰ ਗਵਰਨਮੈਂਟ ਨੇ ਹਜੇ ਤੱਕ ਕਿਹਾ ਗਿਆ ਕਿ ਅਪੀਲ ਕਰੇਗੀ ਜਿਹੜੀ ਪੰਜਾਬ ਸਰਕਾਰ ਆ ਸਰਕਾਰ ਨੂੰ ਅਪੀਲ ਕਰੇਗੀ ਹਜੇ ਤੱਕ ਕੋਈ ਖਾਸ ਜਿਹੜੀਆਂ ਮੰਗਾਂ ਨੇ ਉਹ ਬੇਸ਼ੱਕ ਪੂਰਨ ਦਾ ਐਲਾਨ ਕੀਤੀਆਂ ਨੇ ਪਰ ਹਲੇ ਕੀਤੀਆਂ ਨਹੀਂ ਉਹਦੇ ਬਾਰੇ ਕੀ ਕਹੋਗੇ ਤੁਸੀਂ ਉਹ ਤਾਂ ਇਹ ਹੀ ਬੇਨਤੀ ਕਰਾਂਗੇ ਜੀ ਸਰਕਾਰ ਜਿਹੜੀਆਂ ਅਪੀਲਾਂ ਨੇ ਉਹਨਾਂ ਨੂੰ ਮਤਲਬ ਮੰਨੇ ਰੱਦ ਕਰੇ ਇਹਨਾਂ ਨੂੰ ਜਿਵੇਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਜੀ ਖਾਸ ਤੌਰ ਤੇ ਐਮਐਸਪੀ ਦਾ ਰੋਲਾ ਜਿਹੜਾ ਹਲੇ ਉਹ ਵੀ ਨਹੀਂ ਕਿਉਂਕਿ ਪਹਿਲਾਂ 49 ਸਾਲਾਂ ਤੋਂ ਚੱਲ ਰਿਆ ਸੀ 72 ਦੀ ਗੱਲਬਾਤ ਹੈ ਕਿਤੇ ਹਨਾ ਅ ਅੱਜ ਵੀ ਉਹ ਹਜੇ ਤੱਕ ਲਿਖਤੀ ਰੂਪ ਦੇ ਵਿੱਚ ਨੀਤੀ ਕਮੇਟੀ ਬਠਾਈ ਗਈ ਹੈ ਪਹਿਲਾਂ ਵੀ ਬਹੁਤ ਸਾਰੀਆਂ ਕਮੇਟੀਆਂ ਜਾਂ ਰਿਪੋਰਟਾਂ ਬਣੀਆਂ ਸੀ ਪਰ ਕੋਈ ਹੱਲ ਨਿਕਲੇ ਹੁਣ ਲੱਗਦਾ ਕਿ ਇਹਨਾਂ ਦਾ ਮੁੱਲ ਹੈ ਜਾਂ ਟਰੈਕਟਰਾਂ ਦਾ ਲਗਾਤਾਰ ਮੈਂ ਹੱਥ ਤੇ ਜਦੋਂ ਮਾਰਿਆ ਤੇ ਉੱਤੇ ਮਿੱਟੀ ਪਤ ਲੱਗੀ ਕਿ ਲੱਗਦਾ ਕਿ ਇਹ ਜਿਹੜੀ ਪਈ ਮਿੱਟੀ ਉਹ ਮੁੱਲ ਦੇਗੀ ਜਾਂ ਦੇਊਗੀ ਨਹੀਂ ਵੀਰੇ ਦੇਊਗੀ ਜੀ ਬਿਲਕੁਲ ਦੇਊਗੀ ਇਹ ਤਾਂ ਨਹੀਂ ਹੋ ਸਕਦਾ ਵੀ ਨਾ ਨਵੇ ਨਹੀਂ ਹੂੰ ਤਾਂ ਫਿਰ ਆਪਾਂ ਦੁਬਾਰਾ ਫੇਰ ਆ ਕੇ ਇੱਥੇ ਮ ਅਸੀਂ ਜੀ ਪਿਛਲੇ ਸਾਲ ਦੀ ਲਗਾਤਾਰ ਇੱਥੇ ਆ ਰਹੇ ਹਾਂ আর ਜਾ ਰਹੇ ਹਾਂ। আচ্ছা। ਹਾਂਜੀ। ਟਰੈਕਟਰ ਦਾ ਬਾਪੂ ਜੀ ਆਪਣਾ ਜ਼ਿਮੀਦਾਰ ਦਾ ਇੱਕ ਪੁੱਤ ਹੁੰਦਾ ਹੈ ਜੇ ਮੰਨੀ ਜਾਵੇ ਗੱਲ ਨਾ। ਹਾਏ ਪੁੱਤ ਦਾ ਘਟ ਜਿਹੜਾ ਜ਼ਿਮੀਦਾਰ ਹੁੰਦਾ ਟਰੈਕਟਰ ਦਾ ਵੱਧ ਕਰਦਾ ਹੁੰਦਾ। ਉਹਨੂੰ ਇੱਕ ਟਾਈਮ ਤਤੀਬਾ ਨਹੀਂ ਲੱਗਣਦਾ ਫਿਰ ਇਹ ਤਾਂ ਲਗਾਤਾਰ ਐਵੇਂ ਖੜਾ ਰਖਿਆ। ਕੀ ਲੱਗਦਾ ਮੋਦੀ ਸਰਕਾਰ ਨੂੰ ਕਿੰਨੇ ਕ ਹਾਰ ਪਾਉਂਗੇ ਤੁਸੀਂ ਫਿਰ? ਦੇਖੋ ਮੋਦੀ ਸਰਕਾਰ ਨੂੰ ਤਾਂ ਅਸੀਂ ਇੱਕ ਸਾਲ ਦੇ ਹਾਰ ਨਹੀਂ ਮਤਲਬ ਲਗਾਤਾਰ ਇਹ ਉਹਨੂੰ ਚੜ੍ਹਾਈ ਜਾ ਰਹੀ ਹੈ। ਕਰ ਰਹੇ ਹਾਂ ਅਸੀਂ ਮੰਨਦਾ ਚੰਗਾ ਬੋਲ ਰਹੇ ਹਾਂ ਪਰ ਜੋ ਟਰੈਕਟਰਾਂ ਦੀ ਗੱਲ ਹੈ ਜਦੋਂ ਸਾਡੀਆਂ ਖੇਤੀਆਂ ਬਾੜੀਆਂ ਚਲੀਆਂ ਗਈਆਂ ਤਾਂ ਤਸੀਂ ਅਸੀਂ ਟਰੈਕਟਰਾਂ ਨੂੰ ਵੀ ਅਸੀਂ ਉਰੇ ਲਿਆ ਕੇ ਖੁਦ ਅਸੀਂ ਆਪ ਆ ਕੇ ਉਰੇ ਬੈਠੇ ਆਂ ਤਾਂ ਅਸੀਂ ਆਪਣੇ ਟਰੈਕਟਰਾਂ ਨੂੰ ਉਰੇ ਲਿਆ ਕੇ ਰੱਖਿਆ ਆ ਰੱਖਿਆ ਹੋਇਆ ਪਰ ਉਸ ਦੀ ਧੌਣ ਤੇ ਗੋਡਾ ਰੱਖ ਕੇ ਜਿਹੜੇ ਤਿੰਨੇ ਕਾਲੇ ਕਾਨੂੰਨ ਨੇ ਉਹ ਵਾਪਸ ਦਵਾਏ ਗਏ ਨੇ ਇਹ ਐਸਪੀ ਦੀ ਐਮਐਸਪੀ ਦੀ ਗੱਲ ਹੈ ਉਹ ਵੀ ਅੱਜ ਨਹੀਂ ਤਾਂ ਕੱਲ ਉਹ ਵੀ ਅਸੀਂ ਕਰਾ ਕੇ ਹਟਾ ਗਏ ਅਗਰ ਨਹੀਂ ਜੇ ਨਹੀਂ ਕਰੂਗੀ ਸਰਕਾਰ ਤਾਂ ਉਹ ਕੋਈ ਦਿਨ ਦੂਰ ਨਹੀਂ ਜਾ ਦ ਅਸੀਂ ਫੇਰ ਨਹੀਂ ਅਸੀਂ ਧੌਣ ਤੇ ਗੋਡਾ ਤਰਨ ਸਿੱਖ ਗਏ ਆ ਤੇ ਅੱਗੇ ਤੋਂ ਅਸੀਂ ਫੇਰ ਤੌਣ ਤੇ ਗੋਡਾ ਰੱਖ ਕੇ ਜੋ ਐਮਐਸਪੀ ਉਹ ਲਾਗੂ ਕਰਾਈ ਜਾਊਗੀ ਦਿੱਲੀ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਸ਼ੁਰੂ ਤੋਂ ਹੀ ਨਮੀਆਂ ਕਮੇਟੀਆਂ ਨਮੀਆਂ ਰਿਪੋਰਟਾਂ ਹਮੇਸ਼ਾ ਹੀ ਕੋਈ ਨਾ ਕੋਈ ਗੱਲਬਾਤ ਇਦਾਂ ਦੇ ਲਾਰੇ ਲਾਉਂਦੀ ਰਹਿੰਦੀ ਐ ਹੁਣ ਆਪਾਂ ਭਰੋਸਾ ਜਿਹੜੇ ਕਿਸਾਨ ਆਪਾਂ ਇੱਥੋਂ ਅੱਜ ਉੱਠ ਕੇ ਜਾ ਰਹੇ ਆ ਕਿ ਤੁਸੀਂ ਭਰੋਸਾ ਪੂਰਾ ਪ੍ਰੋਸੈਸ ਨੂੰ ਸਰਕਾਰ ਵੀ ਜਿਹੜੀਆਂ ਮੰਗਾਂ ਉਹਨਾਂ ਨੇ ਕਿਹਾ ਕਿ ਅਸੀਂ ਅਪੀਲ ਕਰਾਂਗੇ ਬਲਕਿ ਕੀਤੀ ਨਹੀਂ ਵੀ ਭਰੋਸਾ ਹੈ ਸਾਨੂੰ ਸਰਕਾਰਾਂ ਦੇ ਪੂਰਾ ਨਹੀਂ ਹਾਜੀ ਫਿਲਹਾਲ ਤਾਂ ਉਹਨਾਂ ਨੇ ਭਰੋਸਾ ਭਰੋਸਾ ਸਾਨੂੰ ਜਥੇਬੰਦੀਆਂ ਦਾ ਇੱਕ ਆ ਜਥੇਬੰਦੀਆਂ ਦੇ ਇੱਕ ਤੇ ਸੰਪੂਰਨ ਭਰੋਸਾ ਕਮੇਟੀਆਂ ਬਣੀਆਂ ਨੇ ਔਰ ਜੇ ਨਹੀਂ ਖਰੇ ਉੱਤਰਦੇ ਤਾ ਸਾਡੇ ਲੀਡਰਾਂ ਤੇ ਕਿਸਾਨ ਲੀਡਰਾਂ ਤੇ ਸਾਨੂੰ ਪੂਰਾ ਭਰੋਸਾ ਉਹ ਖੜੇ ਨੇ ਜਿਵੇਂ ਜਿਵੇਂ ਸਾਨੂੰ ਆਰਡਰ ਕਰਨਗੇ ਅਸੀਂ ਉਵੇਂ ਉਵੇਂ ਚੱਲਾਂਗੇ ਵੀ ਜੇ ਨਾ ਕਿਤੇ ਬਾਈ ਦਾ ਵੇਦਾਂ ਦੀ ਗੱਲ ਹੋ ਗਈ ਤਾਂ ਫਿਰ ਦੁਬਾਰੇ ਉਹਨੂੰ ਤਿਆਰ ਹੋ ਮਖਾ ਜੀ ਪੱਕਾ 100% ਜੀ ਜਾਣਿਆ ਕਿ ਕੱਲੂ ਜਾਉਂਗੇ ਧਰਨਾ ਚੱਕਿਆ ਨਹੀਂ ਹੈਗਾ ਜੀ ਧਰਨਾ ਮੁਤਲ ਕਰਿਆ ਹਜੇ ਨਾ ਸਟੇਜ ਤਾਂ ਉਥੇ ਸੰਯੁਕਤ ਮੋਰਚੇ ਦੀ ਸਟੇਜ ਆ ਤਾਂ ਪੱਟ ਦਿੱਤੀ ਉਹ ਚੱਕ ਦਿੱਤੀ ਚਲੋ ਉਹ ਤਾਂ ਕੋਈ ਗੱਲ ਨਹੀਂ ਵਾਰੀ ਵਾਰੀ ਲੱਗ ਜਾਂਦੀਆਂ ਨੇ ਫਿਰ ਬਾਤ ਦੇ ਵਿੱਚ ਪਰ ਐ ਆ ਵੀ ਹੁਣ ਇੱਕ ਵਾਰੀ ਜਾਣਦਾ ਉਹਨਾਂ ਨੇ ਹੁਕਮ ਦਿੱਤਾ ਤੇ ਜਿੱਦਾਂ ਤਾਂ ਕਹਿਣਗੇ ਪ੍ਰੋਗਰਾਮ ਹਜੇ ਉਲੀਕੇ ਯਾਰ ਨੇ ਵਾਰੀ ਵਾਰੀ ਮੀਟਿੰਗਾਂ ਹੋਣਗੀਆਂ ਸੰਯੁਕਤ ਮੋਰਚਾ ਸੰਯੁਕਤੇ ਰਹੂ ਨਾ ਕਿ ਟੁੱਟ ਕੇ ਇਹ ਆਪਣੀਆਂ ਮੀਟਿੰਗਾਂ ਕਰਦੇ ਰਹਿਣਗੇ ਜਿਉਂ ਜਿਉਂ ਸਾਨੂੰ ਆਰਡਰ ਲੱਗਦੇ ਰਹਿਣਗੇ ਹੁਕਮ ਹੁੰਦੇ ਰਹਿਣਗੇ ਸੰਗਤਾਂ ਉਹ ਵੀ ਆਉਣਗੀਆਂ ਜੇ ਪੰਜਾਬ ਨੂੰ ਕਹਿਣਗੇ ਪੰਜਾਬ ਲਾਵਾਂਗੇ ਦਿੱਲੀ ਨੂੰ ਕਹਿਣਗੇ ਦਿੱਲੀ ਲਾਵਾਂਗੇ ਤੇ ਬਈ ਫੇਰਾ ਹੁਣ ਟਰੈਕਟਰ ਦੀ ਗੱਲ ਸੀ ਚਲੋ ਆਪਾਂ ਟਰੈਕਟਰ ਦੇ ਲਈਏ ਜਿਹੜਾ ਟਰੈਕਟਰ ਹੈ ਫਿਰ ਅੱਜ ਹੁਣ ਸਟਾਰਟ ਕਰਨ ਲੱਗੇ ਹਾਂ ਹਵਾ ਹਵਾ ਪਾਉਣ ਲੱਗੇ ਹਾਂ ਪਹਿਲਾਂ ਧੋਵਾਂਗੇ ਜਾਂ ਫਿਰ ਕੱਪੜਾ ਮਾਰ ਕੇ ਲੈ ਕੇ ਚੱਲੇ ਵਸ ਨਹੀਂ ਵੀਰੇ ਧੋ ਕੇ ਲੈ ਕੇ ਚੱਲਾਂਗੇ ਜੀ ਐਨ ਮੈਂ ਆਪਣੇ ਬੱਚਿਆਂ ਵਾਂਗੂ ਸ਼ਿੰਗਾਰ ਕੇ ਲੈ ਕੇ ਜਾਵਾਂਗੇ ਜੀ ਹਾਂਜੀ ਪਰਿਵਾਰ ਸਮੇਤ ਆ ਜੀ ਬਈ ਤੁਸੀਂ ਹਾਂਜੀ ਵੀਰੇ ਪਰਿਵਾਰ ਸਮੇਤ ਵੀ ਆਈਆਂਗੇ ਹਾਂਜੀ ਟਰੈਕਟਰ ਵੀ ਪਰਿਵਾਰ ਦੇ ਵਿੱਚ ਆ ਜਾਂਦੇ ਜੀ ਹਾਂਜੀ ਬਲਦ ਜੱਟ ਦਾ ਬਲਦ ਟਰੈਕਟਰ ਜੱਟ ਦੇ ਪੁੱਤ ਹੁੰਦੇ ਨੇ ਜਦੋਂ ਸਾਡੇ ਤੇ ਆਏ ਵੀ ਅਸੀਂ ਚੀਜ਼ ਹਰ ਇੱਕ ਝੋਕ ਦੀ ਚਾਹੇ ਟਰੈਕਟਰ ਨੇ ਚਾ ਲੜਾਈ ਚਾਹੇ ਸਾਡੇ ਸੰਤ ਨੇ ਚਾਹੇ ਅਸੀਂ ਬੰਦੇ ਆ ਚਾਹੇ ਸਾਡੀਆਂ ਮਾਈਆਂ ਸਾਡੇ ਬੱਚਿਆਂ ਨੇ ਸਾਰਿਆਂ ਨੇ ਇੱਕ ਜੁੱਟ ਹੋ ਕੇ ਰਲিয়ে ਲੜੀਏ ਤਾਂ ਜਿੱਤ ਪ੍ਰਾਪਤ ਹੋਈ ਤਨਵਾਜੀ ਤਨਵਾ ਸੋ ਇਹ ਤਾਂ ਦੇਖ ਚੁੱਕੇ ਆ ਜਿਹੜੇ ਕਿਸਾਨਾਂ ਦੇ ਜਿਗਰੇ ਨੇ ਉਹ ਅੰਦੋਲਨ ਤੋਂ ਪਹਿਲਾਂ ਦੇ ਜਦੋਂ ਅੰਦੋਲਨ ਸਟਾਰਟ ਹੋਇਆ ਉਦੋਂ ਦੀ ਗੱਲ ਕਰ ਰਹੇ ਆ ਉਦੋਂ ਦੇ ਦੇਖਣ ਨੂੰ ਮਿਲ ਰਹੇ ਨੇ ਲਗਾਤਾਰ ਜਿਹੜੇ 7 8 8 ਲੱਖ ਦੇ ਮਹਿੰਗੇ ਟਰੈਕਟਰ ਨੇ ਨੌਜਵਾਨ ਸੀ ਸਾਡੇ ਕਿਸਾਨ ਸੀ ਉਹ ਲੈ ਕੇ ਆਏ ਨੇ ਕਿਸੇ ਬਿਨਾਂ ਕਿਸੇ ਪਰਵਾਹ ਤੋਂ ਚਾਹੇ ਟੁੱਟਦੇ ਨੇ ਚਾਹੇ ਫੁੱਟਦੇ ਨੇ ਚਾਹੇ ਖਰਾਬ ਹੁੰਦਾ ਜਾਂ ਕੁਝ ਵੀ ਆ ਹੁਣ ਵੀ ਇਸ ਦੀ ਹਾਲਤ ਦੇਖ ਸਕਦੇ ਆ ਕਿ ਉਹਦਾ ਟਰੈਕਟਰ ਨਵੇਂ ਹੀ ਪਿਆ ਪਰ ਜਿਹੜੀ ਗੱਲ ਆ ਜਿਹੜੀ ਉਰੇ ਆਉਣ ਤੋਂ ਬਾਅਦ ਉਸ ਤੋਂ ਆਉਣ ਤੋਂ ਬਾਅਦ ਹੈ ਕਿ ਜਿਹੜਾ ਮਿੱਟੀ ਘਟਾ ਪਿਆ ਬਸ ਉਸ ਦੇ ਕਰਕੇ ਇਹਨੂੰ ਉਰੇ ਲਗਾਤਾਰ ਇੱਕ ਸਾਲ ਹੋ ਗਿਆ ਖੜੇ ਨੂੰ ਹਾਈ ਤੱਕ ਟਰੈਕਟਰ ਦੀ ਹਵਾ ਦੇਖ ਸਕਦੇ ਹੋ ਜੀ ਟਾਇਰਾਂ ਚੋਂ ਨਿਕੜੀ ਹੋਈ ਕਿ ਲਗਾਤਾਰ ਇੱਕ ਸਾਲ ਲੰਮਾ ਇਹਦੇ ਉੱਤੇ ਤਰਪਾਲ ਪਈ ਰਹੀ ਹੈ ਅੱਜ ਇਸ ਤੋਂ ਕੁੰਡ ਚੱਕਿਆ ਗਿਆ ਕਿਉਂਕਿ ਮੋਦੀ ਸਰਕਾਰ ਨੇ ਜਿਹੜੀਆਂ ਮੰਗਾਂ ਮੰਨ ਲੀਆਂ ਨੇ ਪਰ ਜਿਹੜਾ ਅਪੀਲ ਹੈ ਉਹ ਕੀਤੀ ਜਾਵੇਗੀ ਕਿ ਦੇਖਣਾ ਕਿ ਇਹ ਪਰਚੇ ਰਾਦੂ ਹੋਣਗੇ ਨਹੀਂ ਹੋਣਗੇ ਐਮਐਸਪੀ ਲਾਗੂ ਕੀਤੀ ਜਾਏਗੀ ਨਹੀਂ ਕੀਤੀ ਜਾਏਗੀ ਕਿਉਂਕਿ ਕੀਤੀ ਗਈ ਹੋਈ ਹੈ ਪਰ ਮਿਲਦੀ ਨਹੀਂ ਜਿਹੜਾ ਕਿਸਾਨਾਂ ਦਾ ਮੁਖਰ ਵਾਲਾ ਸੀ ਚਾਹਾਂ ਦੀ ਹੋਰ ਅਪਡੇਟ ਵੀ ਦਿੰਦੇ ਰਹਿਵਾਂਗੇ ਮੈਂ ਜਸਪ੍ਰੀ ਕੈਮਰਾਮੈਨ